ਜਦੋਂ ਬੋਲੀ ਤੇ ਸਰਪੰਚ ਦੇ ਹੀ ਕਰਕੇ ਗਈ ਆ ਤੇ ਉਹ ਜਿਹੜਾ 2 ਕਰੋੜ ਹੈ ਉਹ ਪਿੰਡ ਵਾਲਿਆਂ ਦੇ ਹੱਥ ਹੋ ਜਾਏਗਾ। ਇਹ 3 ਦਿਨ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਅਨਾਉਂਸਮੈਂਟਾਂ ਹੋ ਰਹੀਆਂ, ਫਿਰ ਕੱਲ ਲਾਈਵ ਬੋਲੀ ਹੋਈ ਆ। ਸਾਨੂੰ ਤਾਂ ਸਰਕਾਰ ਕੋਲ ਲੈਣ ਦੀ ਲੋੜ ਹੀ ਨਹੀਂ ਹੈਗੀ ਕਿਉਂਕਿ ਸਾਡੀ ਆਮਦਨ ਹੀ ਇੰਨੀ ਜ਼ਿਆਦਾ ਹੈ ਪਿੰਡ ਦੀ। ਤੁਸੀਂ ਕਹਿ ਰਹੇ ਕਿ ਪਿੰਡ ਦੀ ਆਮਦਨ ਵੀ ਵੱਧ ਹੈ, ਨਾਲੇ ਤੁਸੀਂ ਕਹਿ ਰਹੇ ਕਿ ਪਿੰਡ ਦੇ ਵਿੱਚ ਡਿਵੈਲਪਮੈਂਟ ਵੀ। ਸਰਪੰਚ ਦਾ ਸਿਹਰਾ ਉਹਨੂੰ ਬੰਨਾਂਗੇ ਜਿਹੜਾ ਵੱਧ ਤੋਂ ਵੱਧ ਇਸ ਪਿੰਡ ਦੇ ਵਿਕਾਸ ਨੂੰ ਪੈਸੇ ਦੇਗਾ। ਉਹ ਪੈਸੇ ਲੱਗਣਗੇ, ਦੂਜਿਆਂ ਦਾ ਤਾਂ ਪਤਾ ਹੀ ਨਹੀਂ ਲੱਗਣਾ। ਜੇ 2-2 ਕਰੋੜ ਰੁਪਈਏ ਦੀਆਂ ਬੋਲੀਆਂ ਲਾ ਕੇ ਸਰਪੰਚ ਬਣੇ, ਜਿਹਦੇ ਕੋਲ ਪੈਸਾ ਨਹੀਂ, ਸਰਮਾਏਦਾਰ ਨਹੀਂ ਹੈ, ਉਹ ਫਿਰ ਕਿੱਥੇ ਜਾਊ? ਇਹ ਕੋਈ ਸਰਬਸੰਮਤੀ ਨਹੀਂ ਗੀ, ਇਹ ਇੱਕ ਪਿੰਡ ਵਾਲਿਆਂ ਦੀ ਆਵਾਜ਼ ਹੀ ਵੀ ਪਿੰਡ ਨੂੰ ਜਿਹੜਾ ਦਏਗਾ, ਜਿਹੜਾ 2 ਕਰੋੜ ਤੱਕ ਬੋਲੀ ਗਈ ਆ। ਜੋ ਗੁਰਦਾਸਪੁਰ ਦਾ ਪਿੰਡ ਹਰਦੋਰਵਾਲ ਹੈ ਤਾਂ ਉੱਥੋਂ ਇੱਕ ਐਸੀ ਖਬਰ ਨਿਕਲ ਕੇ ਆਉਂਦੀ ਹੈ ਜੋ ਪੂਰੀ ਦੁਨੀਆ ਦੇ ਵਿੱਚ ਔਰ ਸੋਸ਼ਲ ਮੀਡੀਆ ਦੇ ਉੱਤੇ ਵੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ, ਹਾਲਾਂਕਿ ਪਿੰਡ ਵਾਲਿਆਂ ਦੀ ਇਸ ਨੂੰ ਲੈ ਕੇ ਵੱਖ ਵੱਖ ਰਾਏ ਹੈ। ਤਾਂ ਮੇਰੇ ਨਾਲ ਇਸ ਵੇਲੇ ਆਤਮਾ ਸਿੰਘ ਨੇ, ਜਿਨ੍ਹਾਂ ਵੱਲੋਂ ਕੱਲ੍ਹ ਜੋ ਹੈ ਇੱਕ ਬੋਲੀ ਲਗਾਈ ਜਾਂਦੀ ਹੈ ਔਰ 2 ਕਰੋੜ ਰੁਪਏ ਤੱਕ ਇਹ ਬੋਲੀ ਚਲੀ ਗਈ, ਤਾਂ ਇਹਦੇ ਪਿੱਛੇ ਕੀ ਮੰਸ਼ਾ ਹੈ, ਕੀ ਵਜ੍ਹਾ ਹੈ, ਇਹ ਜਾਣਨ ਦੀ ਕੋਸ਼ਿਸ਼ ਕਰਦੇ ਹਾਂ। ਸਭ ਤੋਂ ਪਹਿਲਾਂ ਤਾਂ ਆਤਮਾ ਜੀ, ਹੁਣ ਤੱਕ ਅਸੀਂ ਸੁਣਦੇ ਹਾਂ ਵੀ ਜਾਂ ਤਾਂ ਸਰਬਸੰਮਤੀ ਨਾਲ ਸਰਪੰਚ ਬਣਦੇ ਆ ਜਾਂ ਵੋਟਾਂ ਲੜ ਕੇ। ਇਹ ਪਹਿਲੀ ਵਾਰ ਹੋਇਆ ਕਿ 2 ਕਰੋੜ ਰੁਪਈਏ ਤੱਕ ਬੋਲੀ ਚਲੀ ਗਈ, ਇਹਦੇ ਪਿੱਛੇ ਦਾ ਤਰਕ ਕੀ ਹੈ ਤੁਹਾਡਾ? ਇਹਦੇ 'ਚ ਇਹ ਹੈ ਜੀ, ਸਭ ਤੋਂ ਵੱਡਾ ਤਾਂ ਇਹੀ ਆ ਮੁੱਦਾ ਹੁੰਦਾ ਵੀ ਪਿੰਡ ਬਹੁਤ ਵੱਡਾ, ਡਿਸਟ੍ਰਿਕਟ ਗੁਰਦਾਸਪੁਰ ਦਾ ਟੋਪ ਦਾ ਪਿੰਡ ਆ, ਗਿਣਤੀ 'ਚ ਆ, ਹਰਦੋਰਵਾਲ ਕਲਾਂ ਆ, ਕੋਈ 4500-4600 ਏਕੜ ਦੀ ਜ਼ਮੀਨ ਦੇ ਰਕਬੇ 'ਚ ਹੇਠ ਹੈਗਾ। ਬਾਕੀ ਇਹਨੂੰ ਇਹ ਵੀ ਆਮਦਨ ਵੀ ਬਹੁਤ ਜ਼ਿਆਦਾ ਇਸ ਪਿੰਡ ਦੀ, ਪਿੰਡ ਵਾਲਿਆਂ ਨੂੰ ਇਹ ਵੀ ਅੱਜ ਤੱਕ ਵਿਕਾਸ ਨਹੀਂ ਹੁੰਦਾ। 2003 'ਚ ਪਾਪਾ ਸਰਪੰਚ ਰਹਿ ਚੁੱਕੇ ਸਰਦਾਰ ਵਸਲ ਸਿੰਘ ਜੀ, ਅਤੇ ਉਹਨਾਂ ਦੇ ਬਾਅਦ ਜਿਹੜਾ ਕੋਈ ਵਿਖਾਈ ਨਹੀਂ ਦਿੱਤਾ, ਡਿਵੈਲਪਮੈਂਟ ਜਿਹੜੀ ਹੋਈ ਕੋਈ ਵਧੀਆ, ਇੰਨੀ ਆਮਦਨ ਹੁੰਦਿਆਂ ਵੀ ਨਹੀਂ ਹੋਈ, 15 ਸਾਲ ਹੋ ਚੁੱਕੇ ਆ। ਕਿਉਂਕਿ ਉਦੋਂ ਤੋਂ ਹੀ ਸੀਵਰੇਜ ਦਾ ਮੁੱਦਾ ਆ ਰਿਹਾ ਸੀ, ਕਿਉਂਕਿ ਉਦੋਂ ਕੋਰਮ ਨਾ ਪੂਰਾ ਹੋਣ ਕਰਕੇ ਕੋਈ ਘਾਟ ਰਹਿ ਗਈ, ਬਾਕੀ ਕੰਮ ਸਿਰੇ ਚੜ੍ਹ ਗਏ, ਪੰਚਾਇਤ ਘਰ ਜਾਂ ਜੰਝ ਘਰ ਅੱਜ ਤੱਕ ਲੱਭਦੇ ਆ ਰਹੇ ਆ, ਅਤੇ ਉਹਦੇ 'ਚ ਸ਼ਮਸ਼ਾਨ ਘਾਟ 'ਚ ਵੀ ਜਨਰੇਟਰ ਰੱਖੇ ਗਏ ਸੀ ਉਸ ਟਾਈਮ 'ਤੇ। ਵੇਖੋ ਅੱਜ ਤੋਂ 2003 ਦੀ ਗੱਲ, ਉਦੋਂ ਕਾਹਦੀ ਵੀ 20-25 ਲੱਖ ਦੀ ਬੋਲੀ ਪਿੰਡ ਦੀ ਹੁੰਦੀ ਸੀ, ਉਹ ਵੀ ਇੱਕ ਪ੍ਰਬੰਧਕ ਰਾਹੀਂ ਹੁੰਦੀ ਸੀ ਕੋਰਮ ਨਾ ਪੂਰਾ ਹੋਣ ਕਰਕੇ, ਪਰ ਫਿਰ ਵੀ ਇੰਨੇ ਧਿਆਨਯੋਗ ਲਿਆ ਕੇ ਗੱਲਾਂ ਨੂੰ ਇੰਨਾ ਵਿਕਾਸ ਕੀਤਾ। ਉਸ ਤੋਂ ਬਾਅਦ ਜਿਹੜਾ ਪਿੰਡ ਦਿਨੋਂ ਦਿਨ ਲਪੇਟ 'ਚ ਹੀ ਆਈ ਗਿਆ, ਨਰਕ ਦੀ ਲਪੇਟ। 2 ਕਰੋੜ ਬਹੁਤ ਵੱਡੀ ਅਮਾਊਂਟ ਹੈ, ਕਿਉਂਕਿ ਸਰਕਾਰ ਨੇ ਤਾਂ ਇਹ ਕਿਹਾ ਕਿ ਜਿਹੜੇ ਪਿੰਡ ਸਰਬਸੰਮਤੀ ਨਾਲ ਚੁਣੇ ਜਾਂਦੇ 5 ਲੱਖ ਦੀ ਗ੍ਰਾਂਟ ਦਿੱਤੀ ਜਾਏਗੀ, ਪਰ 2 ਕਰੋੜ ਤਾਂ ਬਹੁਤ ਜ਼ਿਆਦਾ, ਉਹ 2 ਕਰੋੜ ਪਿੰਡ 'ਤੇ ਲੱਗਣਾ, ਉਹ ਵੀ ਲੋਕ ਜਾਣਨਾ ਚਾਹੁੰਦੇ ਨੇ। ਉਹ ਦੱਸਾਂ ਕੀ ਗੱਲ, ਵੇਖੋ ਸਾਨੂੰ ਤਾਂ ਸਰਕਾਰ ਕੋਲ ਲੈਣ ਦੀ ਲੋੜ ਹੀ ਨਹੀਂ ਹੈਗੀ ਕਿਉਂਕਿ ਸਾਡੀ ਆਮਦਨ ਹੀ ਇੰਨੀ ਜ਼ਿਆਦਾ ਹੈ ਪਿੰਡ ਦੀ। 300 ਏਕੜ ਤੋਂ ਪਲੱਸ ਆ ਜਿਹੜੀ ਇਸ ਵੇਲੇ ਵਾਈ ਦੇ ਯੋਗ ਆ, ਸਾਰੀ ਦੁਨੀਆ 55-60 ਲੱਖ ਦੀ ਬੋਲੀ ਹੁੰਦੀ ਆ। ਵਿਕਾਸ ਕਿਉਂ ਨਹੀਂ ਹੋਇਆ? ਇਹ ਤਾਂ 2 ਚੀਜ਼ਾਂ ਜਿਹੜੀਆਂ ਬੜੀਆਂ ਅਹਿਮ ਨੇ, ਤੁਸੀਂ ਕਹਿ ਰਹੇ ਕਿ ਪਿੰਡ ਦੀ ਆਮਦਨ ਵੀ ਵੱਧ ਹੈ, ਨਾਲੇ ਤੁਸੀਂ ਕਹਿ ਰਹੇ ਹੋ ਕਿ ਪਿੰਡ ਦੇ ਵਿੱਚ ਡਿਵੈਲਪਮੈਂਟ ਵੀ। ਵੇਖੋ ਜੀ, ਜਿੰਨੇ ਸਰਪੰਚੀ ਕਰਨੀ ਹੈ ਮੰਤਰੀ ਨਾਲ ਲੈ ਕੇ ਮੁੱਲ ਲੈਣੀ, ਉਹਨੇ ਤਾਂ ਫਿਰ ਆਪਣੇ ਹੀ ਪੂਰੇ ਕਰਨੇ ਆ। ਇਸ ਕਰਕੇ ਪਿੰਡ ਵਾਲਿਆਂ ਨੂੰ ਉਦੋਂ ਤੋਂ ਹੀ ਬੜਾ ਇਸ ਮੁਸ਼ਕਲ ਦਾ ਸਾਹਮਣਾ ਕਰਨਾ ਪੈਣ ਡਿਆ ਸੀ ਵੀ ਸਰਪੰਚ ਕੰਮ ਨਹੀਂ ਕਰਦੇ, ਸਰਪੰਚ ਕੰਮ ਕੀ ਕਰਨ, ਪਹਿਲਾਂ ਤੋਂ ਛਿੱਲ ਲੱਥ ਜਾਂਦੀ ਉਹਨਾਂ ਦੀ। ਹੁਣ ਇਸ ਕਰਕੇ ਉਹਨਾਂ ਇਹ ਕੀਤਾ ਵੀ ਸਰਪੰਚ ਦਾ ਸਿਹਰਾ ਉਹਨੂੰ ਬੰਨਾਂਗੇ ਜਿਹੜਾ ਵੱਧ ਤੋਂ ਵੱਧ ਇਸ ਪਿੰਡ ਦੇ ਵਿਕਾਸ ਨੂੰ ਪੈਸੇ ਦੇਗਾ। ਉਹ ਪੈਸੇ ਲੱਗਣਗੇ, ਦੂਜਿਆਂ ਦਾ ਤਾਂ ਪਤਾ ਹੀ ਨਹੀਂ ਲੱਗਣਾ। ਆਪਣਾ ਆਤਮਾ ਜੀ, ਇਹਦੇ ਤੋਂ ਇੱਕ ਹੋਰ ਜਿਹੜਾ ਨੈਗੇਟਿਵ ਮੈਸੇਜ ਇਹ ਜਾ ਰਿਹਾ ਕਿ ਜੇ 2-2 ਕਰੋੜ ਰੁਪਈਏ ਦੀਆਂ ਬੋਲੀਆਂ ਲਾ ਕੇ ਸਰਪੰਚ ਬਣੇ ਤਾਂ ਆਮ ਘਰਾਂ ਦੇ ਬੱਚੇ ਜਾਂ ਕੋਈ ਨੌਜਵਾਨ ਸਧਾਰਨ ਘਰ ਜਿਹਦੇ ਕੋਲ ਪੈਸਾ ਨਹੀਂ, ਸਰਮਾਏਦਾਰ ਨਹੀਂ ਹੈ, ਉਹ ਫਿਰ ਕਿੱਥੇ ਜਾਊ?
ਨਹੀਂ ਜੀ ਵੇਖੋ, ਸਰਪੰਚੀ ਤੇ ਜਿਹੜੀ ਸਰਬਸੰਮਤੀ ਚ 100 ਚੋ ਕੋਈ 2-4 ਪਿੰਡ ਚ ਹੋ ਸਕਦੀ, ਨਹੀਂ ਤਾਂ ਅੱਜ ਤੱਕ ਹੁੰਦੀ ਨਹੀਂ। ਇਹ ਤਾਂ ਹੁੰਦੇ ਵੀ ਦੂਜੇ ਉਹਦੇ ਪ੍ਰੈਸ਼ਰ ਚ ਹੀ ਬਹਿਣਾ ਪੈਂਦਾ ਸਾਰਿਆਂ ਨੂੰ, ਜਿਹੜੀ ਸਰਕਾਰ ਹੁੰਦੀ ਆ ਉਹਦੇ ਚ। ਇਹ ਸਭ ਤੋਂ ਵੱਡੀ ਗੱਲ ਆ ਵੀ ਇਹ ਕੋਈ ਸਰਬਸੰਮਤੀ ਨਹੀਂ ਗੀ, ਇਹ ਇੱਕ ਪਿੰਡ ਵਾਲਿਆਂ ਦੀ ਆਵਾਜ਼ ਹੀ ਵੀ ਪਿੰਡ ਨੂੰ ਜਿਹੜਾ ਦਏਗਾ, ਜਿਹੜਾ 2 ਕਰੋੜ ਤੱਕ ਬੋਲੀ ਗਈ ਆ, ਇਹ ਪਿੰਡ ਦੇ ਹੀ ਪਤਵੰਤ ਦੇ ਸੱਜਣ, ਉਹ ਜਿੱਥੇ ਸੀਵਰੇਜ ਦਾ ਕੰਮ ਦਾ ਜਿੱਦਾਂ ਅਧੂਰਾ ਆ ਉਹਦੀ ਸਭ ਤੋਂ ਮੁਸ਼ਕਿਲ ਹੈ, ਉਹ ਆਪ ਖੁਦ ਲਾਉਣਗੇ, ਬਾਕੀ ਜੋ ਪੰਚਾਇਤ ਆ ਸਾਡੀ ਆਪਾਂ ਆਪਣੀ ਬਣਾਵਾਂਗੇ। ਜਦੋਂ ਬੋਲੀ ਤਾਂ ਸਰਪੰਚ ਦੇ ਹੀ ਕਰਕੇ ਗਈ ਆ, ਅਤੇ ਉਹ ਜਿਹੜਾ 2 ਕਰੋੜ ਹੈ ਉਹ ਪਿੰਡ ਵਾਲਿਆਂ ਦੇ ਹੱਥ ਹੋ ਜਾਏਗਾ, ਬਾਕੀ ਜੋ ਪੰਚਾਇਤ ਸਾਡੇ 5-6 ਮੈਂਬਰ ਹੋਣਗੇ ਅਤੇ ਆਪਦੇ ਸਰਪੰਚ ਆਪਾਂ BJP ਦੇ ਪਾਰਟੀ ਦੇ ਵਰਕਰ ਆ। ਅਤੇ ਜੇ ਹੁਣ ਤੁਸੀਂ ਸਰਪੰਚ ਦੀ ਬੋਲੀ ਲਾ ਤੀ, ਕੱਲ੍ਹ ਨੂੰ ਜਿਹੜੇ ਪੰਚ ਨੇ ਜਿਹੜੇ ਮੈਂਬਰ ਨੇ ਉਹ ਵੀ ਬੋਲੀ ਦੇ ਰਾਹੀਂ ਚੁਣੇ ਜਾਣਗੇ, ਉਹਦੀ ਕੀ ਪ੍ਰਕਿਰਿਆ ਰਹੂ? ਨਹੀਂ ਜੀ, ਉਹ ਤਾਂ ਇਹਦੇ ਤੱਕ ਹੀ ਸੀਮਤ ਸੀ ਵੀ ਇਹਨਾਂ ਕਿਹਾ ਵੀ ਜਿਹੜਾ ਸਭ ਤੋਂ ਵੱਧ ਪਿੰਡ ਦੇ ਵਿਕਾਸ ਵਾਸਤੇ ਸੀਵਰੇਜ ਵਾਸਤੇ ਪੈਸਾ ਖਰਚੇਗਾ ਉਹਦੇ 'ਤੇ ਹੀ ਮੁੱਦਾ ਚੱਲਿਆ, ਕਿਉਂਕਿ ਇਹ ਆਮ ਇੱਕ ਜਣੇ ਦਾ ਨਹੀਂ ਗਾ ਵੀ ਆਪ ਦੀ ਬੋਲੀ ਨਾਲ ਹੀ ਤਿਆਰ ਕਰਕੇ ਅਤੇ ਸਾਰਾ ਕੁਝ ਹੈਗਾ। ਇਹ 3 ਦਿਨ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਅਨਾਊਂਸਮੈਂਟਾਂ ਹੋ ਰਹੀਆਂ, ਫਿਰ ਕੱਲ੍ਹ ਲਾਈਵ ਬੋਲੀ ਹੋਈ ਆ ਸਰਪੰਚ ਸਾਹਿਬ। ਧਾਰਨਾ ਲੋਕਾਂ ਦੇ ਵਿੱਚ ਇਹ ਹੈ ਕਿ ਜਿਹੜੇ ਸਰਪੰਚ ਬਹੁਤ ਸਾਰਾ ਪੈਸਾ ਖਰਚ ਕਰਕੇ ਸਰਪੰਚ ਬਣਦੇ ਨੇ ਉਹ ਗ੍ਰਾਂਟਾਂ ਖਾਂਦੇ ਆ ਜਾਂ ਉਹਨਾਂ ਨੂੰ ਪੈਸੇ ਦਾ ਲਾਲਚ ਹੁੰਦਾ, ਇਹ ਥੋੜ੍ਹਾ ਜਿਹਾ ਜਾਣਨਾ ਚਾਹੁੰਦੇ, ਕਿਉਂਕਿ ਇੱਕ ਇਹਦੇ ਨਾਲ ਮੈਸੇਜ ਲੋਕਾਂ ਦੇ ਵਿੱਚ ਇਹ ਵੀ ਜਾ ਰਿਹਾ ਕਿ 2 ਕਰੋੜ ਰੁਪਈਆ ਖਰਚ ਕਰਕੇ ਜਿਹੜਾ ਸਰਪੰਚ ਬਣ ਰਿਹਾ ਉਹ ਫਿਰ ਪੂਰੇ ਵੀ ਕਰੂ। ਵੇਖੋ ਜੀ, ਇਹ ਤਾਂ ਹੁਣ ਪਿੰਡ ਵਾਲਿਆਂ ਨੇ ਪਹਿਲਾਂ ਉਹਨਾਂ ਆਖਿਆ ਵੀ ਲੈ ਹੀ ਉਨੇ ਲਓ, ਇੰਨਾ ਜਿਹੜਾ ਪਿੰਡ ਦਾ ਵਿਕਾਸ 2 ਕਰੋੜ ਰੁਪਈਆ ਬਹੁਤ ਜ਼ਿਆਦਾ ਹੁੰਦਾ। 5 ਸਾਲ 'ਚ ਕੋਈ ਅੱਜ ਤੱਕ ਪਿੰਡ ਨਹੀਂ ਜਿੱਥੇ 2 ਕਰੋੜ ਲੱਗਾ ਹੋਏਗਾ, ਛੱਪੜ ਬਣੇ ਅਧੂਰੇ ਹੀ ਰਹਿ ਗਏ ਆ, ਟੋਏ ਪੁੱਟੇ ਆ, ਇੱਥੇ ਆਹ ਬੰਨਾ ਉਹ ਬੰਨਾ, ਕੋਈ ਚੀਜ਼ ਅੱਜ ਤੱਕ ਕਵਰ ਨਹੀਂ ਹੋਈ। ਇਹਦੇ 'ਚ ਜੋ ਕੁਛ ਬਣਿਆ ਪੰਚਾਇਤ ਘਰ, ਜੰਝ ਘਰ ਜਾਂ ਸ਼ਮਸ਼ਾਨ ਘਾਟ ਬਣੇ ਨੂੰ ਪਹਿਲੇ ਨੇ, ਹੁਣ ਤਾਂ ਕੋਈ ਨਵੇਂ ਬਣ ਨਹੀਂ ਗਏ, ਨਾ ਕੋਈ ਨਵਾਂ ਨਿਕਾਸ ਹੋਇਆ, ਨਾ ਕੋਈ। ਅੱਜ ਤੋਂ ਪਾਣੀ ਦਾ ਮੁੱਦਾ 15 ਪਹਿਲਾਂ ਹੀ ਉਹ ਹੀ ਹੋਣਿਆ, ਅੱਜ ਤੱਕ ਸਰਪੰਚ ਸਰਬਸੰਮਤੀ ਨਾਲ ਚਾਹੇ ਉੱਤੋਂ ਬਣ ਕੇ ਆਉਂਦੇ ਜਿੱਦਾਂ ਵੀ, ਉਹ ਉੱਦਾਂ ਹੀ ਫਿਰ ਸਾਰਾ ਕੁਛ ਜਾਂਦਾ ਰਿਹਾ। ਇਹ ਬੋਲੀ ਦਾ ਜਿਹੜਾ ਪ੍ਰੋਸੀਜਰ ਕਿੱਦਾਂ ਫੋਲੋ ਕੀਤਾ ਗਿਆ, ਕੀ ਉਹਦੇ 'ਚ ਪੂਰੇ ਪਿੰਡ ਨੂੰ ਪਹਿਲਾਂ ਜਾਣਕਾਰੀ ਦਿੱਤੀ ਸੀ ਕਿ ਜਾਂ ਕੋਈ ਆਪਸ 'ਚ 2-3 ਧਿਰਾਂ ਨੇ ਬੈਠ ਕੇ ਸਾਰਾ ਫੈਸਲਾ? ਨਹੀਂ ਜੀ, ਇਹ ਤਾਂ ਪਿੰਡ 'ਚ ਹੀ ਪਿੰਡ ਵਾਲੇ ਹੀ ਜਾਣ ਸਕਦੇ ਵੀ ਆਵਾਜ਼ ਕਿਉਂ ਦਿੱਤੀ ਪਹਿਲਾਂ, ਠੀਕ ਹੈ ਜੀ। ਉਹਨੂੰ ਫਿਰ ਆਵਾਜ਼ ਦੇਣ ਦੇ ਫਿਰ ਸ਼ੌਂਕ ਤਾਂ ਹੁੰਦਾ ਹੀ ਹਰ ਇੱਕ ਨੂੰ ਵੀ, ਮੈਂ ਵੀ ਆਪਣੇ ਪਿੰਡ ਵਾਸਤੇ ਮੈਨੂੰ ਟਾਈਮ ਮਿਲਿਆ ਮੈਂ ਕੁਝ ਕਰਕੇ ਵਿਖਾਲਾਂ। ਇਸ ਕਰਕੇ ਕੱਲ੍ਹ 2-3 ਬੋਲੀਆਂ ਜਿਹੜੀਆਂ ਗੁਰਦੁਆਰਾ ਸਾਹਿਬ, ਪਹਿਲਾਂ ਵੀ ਕਲਿੱਪਾਂ 1-2 ਪੈ ਚੁੱਕੀਆਂ ਸੀ ਕਿਸੇ ਦੀਆਂ, ਉਹਦੇ ਤੋਂ ਬਾਅਦ ਇਹ ਫਿਰ ਬੋਲੀ ਦਾ ਜਿਹੜਾ ਰੁਝਾਨ ਸੀ ਇਹ ਬਾਅਦ 'ਚ 10 ਵਜੇ ਤੋਂ ਬਾਅਦ ਜ਼ਿਆਦਾ ਭੱਖ ਗਿਆ। ਪਹਿਲਾਂ 2-3 ਬੋਲੀਆਂ 50 ਲੱਖ ਤੋਂ ਸ਼ੁਰੂ ਹੋਈ, 51, ਫਿਰ 60, ਫਿਰ 65, ਉਹ ਤੋਂ ਬਾਅਦ ਫਿਰ ਗੁਰਦੁਆਰਾ ਸਾਹਿਬ ਵੀ ਪਾਠੀ ਸਿੰਘ ਨੇ ਆਵਾਜ਼ ਦੇ ਕੇ ਪਿੰਡ ਵਾਲਿਆਂ ਦੇ ਹਿਸਾਬ ਨਾਲ ਜੋ ਇੰਨਾ ਕੁਝ ਕੀਤਾ, ਕਿਉਂ ਕੀਤੀ ਗੱਲ, ਇਹਦੇ 'ਤੇ ਪਿੰਡ ਵਾਲੇ ਹੀ ਜਾਣਦੇ ਆ। ਜਿਹੜੀ ਕੱਲ੍ਹ ਵਾਲੀ ਬੋਲੀ ਆ, ਕੀ ਉਹ ਹੁਣ ਆਖਰੀ ਜੋ ਵੀ ਫੈਸਲਾ, ਕਿਉਂਕਿ ਇਹ ਵੀ ਗੱਲ ਕਹੀ ਜਾ ਰਹੀ ਸੀ ਕਿ ਤੁਹਾਡੇ ਵੱਲੋਂ ਅੱਜ ਦਾ ਵੀ ਸਮਾਂ ਦਿੱਤਾ ਗਿਆ ਸੀ ਕਿ ਇਹਨੂੰ ਜੇ ਕੋਈ ਵਧਾਉਣਾ ਚਾਹੁੰਦਾ ਤਾਂ ਵਧਾ? ਫਿਰ ਵੀ ਵੇਖੋ ਜੀ, ਅਸੀਂ ਇਹ ਆਉਂਦੇ ਵੀ ਕੋਈ ਇਹ ਨਾ ਆਖੇ ਵੀ ਉਹਲੇ ਕੰਮ ਹੋ ਗਿਆ, ਅਸੀਂ ਕਾਗਜ਼ ਭਰਨ ਗਏ ਸੀ, ਅਸੀਂ ਉੱਥੇ ਗਏ ਸੀ, ਕਈ ਰੁਝੇਵੇਂ ਘਰਾਂ 'ਚ ਹੁੰਦੇ। ਕੋਈ ਬੰਦਾ ਸੋਚਦਾ ਜੀ ਮੈਨੂੰ ਟਾਈਮ ਹੀ ਨਹੀਂ ਮਿਲਿਆ, ਮੈਂ ਵੀ ਮੌਕਾ ਸਾਂਭਣਾ ਸੀ ਜਾਂ ਮੌਕਾ ਵੇਖਣਾ ਚਾਹੀਦਾ ਹਰੇਕ ਨੂੰ, ਉਹਦਾ ਕਰਕੇ ਅੱਜ 9 ਵਜੇ ਤੱਕ ਟਾਈਮ ਸੀ। ਹੁਣ ਗਾਂਹ ਪਿੰਡ ਕੀ ਕਰਦਾ, ਕਿਹੜਾ ਨਵਾਂ ਸਟੈਪ ਆਉਂਦੇ ਆ, ਕੀ ਕਰਦੇ, ਉਹ ਪਿੰਡ 'ਤੇ ਆ। ਬਾਕੀ ਜਿਹੜਾ ਬੋਲੀ ਦਾ ਟਾਈਮ ਉਹ 9 ਵਜੇ ਤੱਕ ਵੀ ਕੋਈ ਵੀ ਚਾਹਵਾਨ ਹੋਏ ਤਾਂ ਬੋਲੀ ਦੇ ਸਕਦਾ ਆ। ਪਰ ਲੋਕਾਂ ਨੂੰ ਇਹ ਕਿੱਦਾਂ ਯਕੀਨ ਹੋਊਗਾ ਕਿ 2 ਕਰੋੜ ਰੁਪਈਆ ਸਾਡੇ ਪਿੰਡ 'ਤੇ ਹੀ ਲੱਗਣਾ? ਉਹਨਾਂ ਦਾ ਕਹਿਣਾ ਕਿ ਅੱਜ ਚੋਣਾਂ ਲੰਘ ਜਾਂਦੀਆਂ, ਮੁੜ ਕੇ ਮੁੱਕਰ ਗਏ ਤਾਂ ਫਿਰ ਕਿੱਥੇ ਜਾਣਗੇ? ਵੇਖੋ ਜੀ, ਕੱਲ੍ਹ ਚੈੱਕ ਬੁੱਕਾਂ ਜਿਹੜੀਆਂ ਦੂਸਰੀ ਅਨਾਊਂਸਮੈਂਟ 'ਤੇ ਹੀ ਇਹਨਾਂ ਮੰਗ ਲਈਆਂ ਸੀ ਵੀ ਜਿਹੜੀ ਚੈੱਕ ਬੁੱਕ ਰਾਹੀਂ ਬੋਲੀ ਹੋਏਗੀ, ਚੈੱਕ ਬੁੱਕ ਇੱਥੇ ਲੈ ਕੇ ਆਓ, ਉਹਦੀ ਹੀ ਬੋਲੀ ਬੰਦਾ ਦੇ ਸਕਦਾ ਜਿਹੜਾ ਚੈੱਕ ਇੱਥੇ ਚੈੱਕ ਬੁੱਕ ਲੈ ਕੇ ਆਏਗਾ ਅਤੇ ਆਪਦੇ ਉਸੇ ਟਾਈਮ ਹੀ ਉਹਦੇ ਪੈਸੇ ਖਾਤੇ 'ਚੋਂ
ਆਪਾਂ ਕੁਛ ਕਰਦੇ ਆ ਜਾਂ ਕੋਈ ਕਮੇਟੀ ਬਣਦੀ ਜਾਂ ਕਿਹਦੇ ਰਾਹੀਂ ਲਾਉਂਦੇ ਹੋ ਤੇ ਪਿੰਡ ਹੀ ਜਾਣਦਾ ਕੀ ਕਰ ਕੋਈ ਜਾ ਕੇ ਕਾਗਜ਼ ਦਾਖਲ ਕਰਦਾ ਕਿਉਂਕਿ ਹਲੇ ਸਮਾਂ ਪਿਆ ਤਾਂ ਉਹ ਜੇਕਰ ਚੋਣ ਪ੍ਰਕਿਰਿਆ ਦੇ ਵਿੱਚ ਲੋਕ ਵਿਸ਼ਵਾਸ ਜਿਤਾਉਂਦੇ ਨੇ ਫਿਰ ਤੁਸੀਂ ਕੀ ਕਰੋ? ਵੇਖੋ ਜੀ, ਵਿਸ਼ਵਾਸ ਤੇ ਜਿਤਾਉਂਦੇ ਸ਼ੁਰੂ ਤੋਂ ਜਿਤਾਉਂਦੇ ਆਏ ਉਹ ਤੇ ਹਰ ਇੱਕ ਨੇ ਕਰਨਾ ਹੀ ਆਪਣਾ ਜੋ ਬਣਿਆ ਅੱਜ ਤੱਕ। ਪਰ ਇਹ ਆ ਵੀ ਇਹ ਪਿੰਡ ਵਾਲਿਆਂ ਦੀ ਤੇ ਕੱਲ ਦੀ ਲਾਈਵ ਚ ਤੁਸੀਂ ਦੇਖਿਆ ਵੀ ਉਹਨਾਂ ਆਖਿਆ ਆਪਾਂ ਵਿਰੋਧ ਕਰਾਂਗੇ, ਜਿੱਦਾਂ ਪਹਿਲੇ ਸਰਪੰਚ ਨੂੰ ਕੋਈ ਸਰਪੰਚ ਨਹੀਂ ਮੰਨਦੇ ਜਦੋਂ ਕੰਮ ਹੀ ਨਹੀਂ ਕਿਸੇ ਨੇ ਕਰਨਾ, ਕਿਸੇ ਨੇ ਸਰਪੰਚ ਨੇ ਇੱਕ ਘਰੇਲੂ ਬੰਦੇ ਨੂੰ ਮੋਹਰ ਨਹੀਂ ਲਾ ਕੇ ਦੇਣੀ, ਤੂੰ ਮੈਨੂੰ ਵੋਟਾਂ ਨਹੀਂ ਪਾਈਆਂ, ਮੇਰੇ ਨਾਲ ਨਹੀਂ ਆਇਆ, ਇਹਦੇ 'ਚ ਇਹ ਕਹਿਣਾ ਤਾਂ ਨਹੀਂ ਉਹ ਕੁਛ ਵੀ ਕਰਾ ਸਕਦੇ ਆ। ਇਹ ਪਿੰਡ ਦਾ ਹੀ ਹੁਕਮ ਹੋਇਆ ਤੇ ਪਿੰਡ ਦੇ ਹੀ ਸਹਿਮਤੀ ਨਾਲ ਸਾਰਾ ਕੁਝ। ਤੁਸੀਂ ਕਿਹਾ ਕਿ ਤੁਹਾਡੇ ਪਿਤਾ ਵੀ ਸਰਪੰਚ ਰਹਿ ਚੁੱਕੇ ਨੇ ਪਿੰਡ ਦੇ, ਉਸ ਵੇਲੇ ਜਦੋਂ ਉਹ ਸਰਪੰਚ ਸੀ ਉਦੋਂ ਵਿਕਾਸ ਉਹਨਾਂ ਨੇ ਕਰਵਾਇਆ? ਕਿਉਂਕਿ ਜੇਕਰ ਉਹ ਚੋਣ ਨਾਲੇ ਵੀ ਮੈਂ ਜਾਣਨਾ ਚਾਹੁੰਦਾ ਕਿ ਉਹ ਚੋਣ ਪ੍ਰਕਿਰਿਆ ਦੇ ਜ਼ਰੀਏ ਬਣੇ ਸੀ ਜਾਂ ਸਰਬਸੰਮਤੀ ਜਾਂ ਉਹ ਵੀ ਇੱਦਾਂ ਕੋਈ ਬੋਲੀ ਲਗਾਈ? ਹਾਂਜੀ, ਚੋਣਾਂ ਹੋਈਆਂ ਸੀ ਜੀ, ਚੋਣਾਂ ਹੋਈਆਂ ਸੀ ਪਿੰਡ 'ਚ, ਚੋਣ ਹੋਈ ਸੀ, ਉਹਦੇ 'ਚ ਸਿਰਫ ਇਹ ਵੀ ਕੋਰਮ ਨਹੀਂ ਪੂਰਾ ਹੋਇਆ, ਇਸ ਕਰਕੇ ਪ੍ਰਬੰਧਕ ਲਾਉਣਾ ਪਿਆ, ਕੁਛ ਟਾਈਮ ਜ਼ਿਆਦਾ ਖਾਲੀ ਵਿੱਚ ਲੰਘ ਗਿਆ ਜਿਹਦੇ ਵਿੱਚ ਕੋਈ ਨਹੀਂ ਹੋਇਆ। ਫਿਰ ਕਮੇਟੀ ਜੇ ਬੋਲੀਆਂ ਵੀ ਹੁੰਦੀਆਂ ਸੀ ਉਹ ਵੀ ਉੱਥੇ DDPO ਸਾਹਿਬ ਜਾਂ ਆਪਣੇ BDO ਸਾਹਿਬ ਦੇ ਰਾਹੀਂ ਹੁੰਦੀਆਂ ਰਹੀਆਂ, ਉਹ ਪੰਚਾਇਤ ਦਾ ਪੈਸਾ ਜਿਹੜਾ ਬਲਾਕ 'ਚ ਜ਼ਿਆਦਾ ਖਰਚ ਕਰਦੇ ਰਹੇ, ਕੋਈ ਨਹੀਂ ਬਚਤ ਨਹੀਂ ਉਸ ਸਮੇਂ ਕੋਈ ਇੰਨਾ ਵਧੀਆ ਜਿੰਨਾ ਅਸੀਂ ਮਤਲਬ ਪਹਿਲਾਂ ਕਦੀ ਇੱਦਾਂ ਦਾ ਸੁਣਿਆ ਨਹੀਂ। ਪਰ ਤੁਹਾਨੂੰ ਲੱਗਦਾ ਕਿ ਇਸ ਪ੍ਰਕਿਰਿਆ ਨੂੰ ਸਰਕਾਰੀ ਮਾਨਤਾ ਜਿਹੜੀ ਉਹ ਮਿਲੂਗੀ ਕਿ ਜਿਹੜੇ ਪਿੰਡ ਵਾਲੇ ਲੋਕ ਨੇ ਉਹ ਇਸ ਤਰੀਕੇ ਦੇ ਨਾਲ ਪੈਸਾ ਲੈ ਕੇ ਸਰਪੰਚ ਚੁਣ? ਵੇਖੋ, ਇਹਦੇ 'ਚ ਇਹ ਆ ਵੀ ਬੋਲੀਆਂ ਹੁੰਦੀਆਂ ਸੀ ਪਿੰਡ ਦੀਆਂ ਥੋੜ੍ਹੀਆਂ ਬਹੁਤੀਆਂ, ਬਾਕੀ ਇਹ ਇੱਕ ਵੱਖਰੀ ਚੀਜ਼ ਇਹ ਪਿੰਡ ਵਾਲਿਆਂ ਵੱਲੋਂ ਆ, ਇਹ ਕੋਈ ਆਮ ਨਹੀਂ ਆ। ਹੁਣ ਭਗਵੰਤ ਮਾਨ ਸਾਹਿਬ ਦੇ ਪਿੰਡ ਵੀ ਕੀ ਰੋਲੀ ਤੁਸੀਂ ਨਹੀਂ ਰੱਖੀ ਪਿੰਡ ਵਾਲਿਆਂ ਨੇ? ਪਿੰਡ ਵਾਲਿਆਂ ਰੱਖੀ, ਇਹ ਕੋਈ ਆਮ ਨਹੀਂ ਆ, ਆਪਣੇ CM ਸਾਹਿਬ ਦੇ ਵੀ ਰੌਲਾ ਪਿਆ ਹੀ ਰਿਹਾ ਪਿੰਡ 'ਚ, ਸਰਬਸੰਮਤੀ ਤੇ ਉੱਥੇ ਵੀ ਨਹੀਂ ਹੋ ਸਕਦੀ ਕਿਉਂਕਿ ਤੁਸੀਂ ਵੇਖ ਹੀ ਰਹੇ ਜੇ ਲਾਤੀ ਕਈ ਹੋਣ ਡਿਆ, ਇੱਥੇ ਵੀ ਲਾਈਵ 'ਚ ਬੋਲੀ ਹੋਈ ਆ। ਬਾਕੀ ਇਹ ਆ ਵੀ ਇਹ ਪਿੰਡ ਵਾਲਿਆਂ ਦਾ ਪਿੰਡ ਕੁਝ ਵੀ ਜਾ ਕੇ ਉਹ ਜਿਹੜੀ ਚੁਣਨ ਹੋਣੀ ਉਹ ਪਿੰਡ ਨੇ ਹੀ ਕਰਨੀ ਆ। ਉਹਨਾਂ ਕੱਲ੍ਹ ਵੀ ਆਖਿਆ ਵੀ ਆਪਾਂ ਵਿਰੋਧ ਕਰਾਂਗੇ ਜੇ ਕੋਈ ਉੱਤੋਂ ਸਿੱਧਾ ਬਣ ਕੇ ਆਉਂਦਾ ਆ, ਜਾਂ ਫਿਰ ਸਾਰਿਆਂ ਦੇ ਹੀ ਕਾਗਜ਼ ਦਾਖਲ ਹੋਣ ਤੇ ਸਾਰੇ ਆਪੋ ਆਪਣੇ ਜ਼ੋਰ ਲਾਉਣ ਤੇ ਬਣ ਸਕਦੇ। ਤੁਸੀਂ ਇੱਕ ਆਪਸ਼ਨ ਰੱਖੀ ਹੈ ਕਿ ਕੋਈ ਬੋਲੀ ਵਧਾ ਸਕਦਾ, ਤੇ ਤੁਸੀਂ ਮਤਲਬ ਉਹਦੇ 'ਚ ਵੀ ਡਟੇ ਰਹਿਣ ਦੇ ਲਈ ਤਿਆਰ ਹੋ ਜੇਕਰ ਕੋਈ ਬੋਲੀ ਵੱਧ? ਹਾਂਜੀ, ਅੱਜ 9 ਵਜੇ ਤੱਕ ਟਾਈਮ ਸੀ ਕਿਉਂਕਿ 3 ਦਿਨ ਦੇ ਅੱਗੇ ਹੀ ਸਾਨੂੰ ਇਸ ਟਾਈਮ 'ਚ ਲਾਏ, ਇਸ ਗੇਟ 'ਚੋਂ ਲੰਘਦਿਆਂ ਉਹ ਚੱਲੇ ਆ, ਅਤੇ ਫਿਰ ਹਰ ਇੱਕ ਚੀਜ਼ ਦਾ ਕੋਈ ਟਾਈਮ ਵੀ ਹੁੰਦਾ, ਇਹ ਤਾਂ ਨਹੀਂ ਵੀ ਸਦਾਵਾਰ ਹੁਣ ਇਹਨੂੰ ਇਸ ਕੰਮ 'ਤੇ ਦੁਨੀਆ ਲੱਗੀ ਰਹੇ। ਆਖਿਰ ਪਿੰਡ ਹੈ, ਵੱਡਾ ਪਿੰਡ ਆ, ਲੋਕਾਂ ਦੇ ਕਾਰੋਬਾਰ ਹੁੰਦੇ ਆ। ਬਾਕੀ ਇਹ ਪਿੰਡ ਗਏ ਆ ਸਾਰਿਆਂ, ਸੁਣਿਆ ਕੱਲ੍ਹ ਦਾ ਲਾਈਵ ਆ ਹੀ ਰਿਹਾ ਜੋ ਪਿੰਡ ਨੇ ਕਿਹਾ, ਪਿੰਡ ਦੇ ਸਾਹਮਣੇ ਇਹ ਕੋਈ ਓਹਲੇ ਤਾਂ ਹੈ ਨਹੀਂ ਗਾ।